ਤੇ ਆ ਗਈ ਆ ਬੁਲਟ ਟ੍ਰੇਨ ਜਾਊ ਬੁਖਾਰੇ ਨੂੰ ਹੁਣ ਇਥੋਂ ਏਦਾਂ ਦਾ ਹੀ ਮੂੰਹ ਹੁੰਦਾ ਨਾ ਬੁਲਟ ਟ੍ਰੇਨ ਦਾ ਜਹਾਜ਼ ਵਾਲਾ ਪਹਿਲਾਂ ਉਤਰ ਰਹੇ ਆ ਆਪਣੇ ਵਾਲਿਆਂ ਨੇ ਉਤਰਨ ਨਹੀਂ ਸੀ ਦੇਣਾ ਉਧਰ ਨਾਲ ਉਤਰਾ ਵੀ ਰਹੇ ਆ ਬੈਗ ਫੜ ਫੜ ਕੇ ਸਾਰੇ ਚੜ ਗਏ ਅਸੀਂ ਕਿਹਾ ਖੀਰ 'ਤੇ ਚੜਾਂਗੇ ਅਤੇ ਇਹਨੂੰ FECO ਕਹਿੰਦੇ ਆ ਬੁਲਟ ਟ੍ਰੇਨ ਨੂੰ ਇੱਥੇ ਸਮੋਸਾ ਵੀ ਬੀਫ ਵਾਲਾ ਨਾ ਨੋ ਗੋਸ਼ਤ ਹੈਲੋ ਥੈਂਕ ਯੂ ਥੈਂਕ ਯੂ ਖਾਣ ਨੂੰ ਤਾਂ ਅਸੀਂ ਲੱਭੀ ਜਾ ਰਹੇ ਕੁਛ ਪਰ ਉਹ ਤਾਂ ਨਹੀਂ ਲੱਭ ਰਿਹਾ ਪਰ ਸਾਨੂੰ ਜ਼ਬਰਦਸਤ ਦੀਆਂ ਗੱਡੀਆਂ ਜ਼ਰੂਰ ਲੱਭੀ ਜਾ ਰਹੀਆਂ ਸਤਿ ਸ਼੍ਰੀ ਅਕਾਲ ਵੇਖ ਰਹੇ ਹੋ ਵਾਕ ਵਿਦ ਟੁਰਨਾ ਮੈਂ ਹਾਂ ਮਨਪ੍ਰੀਤ ਕੌਰ ਅੱਜ ਅਸੀਂ ਸੋਹਣੇ ਸ਼ਹਿਰ ਸਮਰਕੰਦ ਤੋਂ ਚੱਲੇ ਹਾਂ ਬੁਖਾਰੇ ਅਤੇ ਅੱਜ ਅਸੀਂ ਇੱਕ ਨਵਾਂ ਤਜਰਬਾ ਕਰਨਾ ਬੁਲਟ ਟ੍ਰੇਨ 'ਤੇ ਜਾਣਾ ਆ ਅਤੇ 2 ਘੰਟੇ 'ਚ ਅਸੀਂ ਪਹੁੰਚ ਜਾਣਾ ਬੁਖਾਰੇ ਅਤੇ ਵੇਖਦੇ ਹਾਂ ਕਿ ਉਜ਼ਬੇਕਿਸਤਾਨ ਦੀ ਟ੍ਰੇਨ ਦਾ ਸਫ਼ਰ ਕਿਵੇਂ ਦਾ ਰਹਿੰਦਾ ਹੈ ਅਤੇ ਇੱਥੇ ਆਪਾਂ ਰੁਕੇ ਸੀਗੇ ਅਤੇ ਆਪਣਾ ਪਾਕਿਸਤਾਨੀ ਵੀਰ ਕਰਾਚੀ ਤੋਂ ਉਹ ਇੱਥੇ ਰਹਿੰਦਾ ਮੈਡੀਕਲ ਦੀ ਪੜ੍ਹਾਈ ਕਰਨਾ ਜਿਵੇਂ ਆਪਾਂ ਪਹਿਲੇ ਦਿਨ ਵੀ ਦੱਸਿਆ ਸੀਗਾ ਅਤੇ ਉਹਦਾ ਰਹਿਣ ਬਸੇਰਾ ਇਹ ਅਤੇ ਚਲੋ ਜੀ ਫਿਰ ਚੱਕੀਏ ਸਮਾਨ ਅਤੇ ਚੱਲੀਏ ਕੈਬ ਔਡਰ ਕੀਤੀ ਪਈ ਹੈ ਬੁੱਕ ਅਤੇ ਉਹ ਆ ਰਹੀ ਹੈ ਗੱਡੀ ਆ ਗਈ ਆਉਂਦਿਆਂ ਨੂੰ ਉੱਪਰੋਂ ਚਲੋ ਵੀ ਬੈਗ ਸਿਓ ਤੀਜਾ ਬੈਗ ਇੱਕ ਬੈਗ ਕਿੱਥੇ ਆ ਇੱਕ ਉਹ ਵਿੱਚ ਰੱਖਤਾ ਸਾਹਿਲ ਨੇ ਲਿਆ ਕੇ ਸਹੀ ਹੈ ਚਲੋ ਵੀ ਸਾਹਿਲ ਨੂੰ ਕਹਿ ਤਾ ਬਾਏ ਬਾਏ ਪਰ ਉਹ ਸੰਗ ਦਾ ਮੁੰਡਾ ਇਸ ਕਰਕੇ ਆਪਾਂ ਉਹਨੂੰ ਵੀਡੀਓ 'ਤੇ ਨਹੀਂ ਲਿਆ ਰਹੇ ਜਿਵੇਂ ਦੱਸਿਆ ਸੀ ਅਤੇ ਚਲੋ ਵੀ ਇਹ ਬਾਈ ਸਟੇਸ਼ਨ 'ਤੇ ਛੱਡੂਗਾ ਪੌਣੇ 11 ਆਪਣੀ ਟ੍ਰੇਨ ਆ 10 ਵੱਜ ਗਏ ਨਾ 10:04 ਹੋ ਗਏ ਆ ਪੌਣਾ ਘੰਟਾ ਇੱਧਰੋਂ ਅੱਜ ਰੋਡ ਵੀ ਵਿਖਾਉਂਦੇ ਹਾਂ ਤੁਹਾਨੂੰ ਕਿਵੇਂ ਦੇ ਆ ਉਜ਼ਬੇਕਿਸਤਾਨ ਦੇ ਸਮਰਕੰਦ ਦੇ ਰੋਡ ਇਸ ਸ਼ਹਿਰ ਦੇ ਵਿੱਚ ਨਾ ਸ਼ੈਵਰਲੇਟ ਦੀਆਂ ਗੱਡੀਆਂ ਹੀ ਦਿਖਦੀਆਂ ਨੇ ਆਪਣੇ ਤਾਂ ਸ਼ੈਵਰਲੇਟ ਕਦੋਂ ਦੀ ਬੰਦ ਹੋ ਗਈ ਆ ਪਰ ਇੱਥੇ ਹਰੇਕ ਗੱਡੀ ਸ਼ੈਵਰਲੇਟ ਦੀ ਆ ਮਤਲਬ ਮੈਜੋਰਟੀ ਸ਼ੈਵਰਲੇਟ ਆ ਉਸੇ ਤਰ੍ਹਾਂ ਜਿਵੇਂ ਅਫਗਾਨਿਸਤਾਨ ਦੇ ਵਿੱਚ ਟੋਇਟਾ ਬਹੁਤ ਜ਼ਿਆਦਾ ਸੀਗੀ ਅਤੇ ਇੱਥੇ ਸ਼ੈਵਰਲੇਟ ਹੀ ਸ਼ੈਵਰਲੇਟ ਆ ਚਾਹੇ ਉਹ ਆਮ ਲੋਕਾਂ ਦੀ ਗੱਡੀ ਆ ਅਤੇ ਚਾਹੇ ਉਹ ਟੈਕਸੀ 'ਤੇ ਜਿਹੜੀਆਂ ਪਾਈਆਂ ਉਹ ਆ ਸਮਰਕੰਦ ਦੇ ਵਿੱਚ ਨਾ ਟ੍ਰੈਮ ਵੀ ਚੱਲਦੀ ਆ ਦੇਖੋ ਆਹ ਪਟੜੀ ਜਿਹੜੀ ਹੈ ਰੋਡ ਦੇ ਬਿਲਕੁਲ ਵਿਚਕਾਲੇ ਉਰਲੇ ਬੰਨੇ ਵੀ ਆ ਅਤੇ ਪਰਲੇ ਬੰਨੇ ਵੀ ਆ ਇਹ ਟ੍ਰੈਮ ਵਾਸਤੇ ਆ ਬਾਕੀ ਪਤਾ ਨਹੀਂ ਚੱਲਦੀ ਵੇਖ ਜਵੇ ਕਿ ਨਾ ਲਾਈਨ ਜ਼ਰੂਰ ਹੈਗੀ ਹੈ ਸੁਣਿਆ ਸੀ ਵੀ ਇੱਥੇ ਹੁਣ ਵੀ ਚੱਲਦੀ ਹੈ ਵੈਸੇ ਆਹ ਵੇਖ ਲਓ ਵੀ ਜ਼ੈਬਰਾ ਕਰੋਸਿੰਗ ਕਿੰਨੀ ਦੂਰ ਆ ਅਤੇ ਐਡੀ ਦੂਰ ਪਹਿਲਾਂ ਹੀ ਇਹਨੇ ਬ੍ਰੇਕ ਮਾਰ ਲਈ ਕਿਉਂਕਿ ਹਰੀ ਹੋ ਗਈ ਸੀ ਉਹਨਾਂ ਦੀ ਅਤੇ ਇਹਦੀ ਰੈੱਡ ਆਪਣੇ ਤਾਂ ਜ਼ੈਬਰਾ ਦੇ ਉੱਤੇ ਚੜ੍ਹਾ ਕੇ ਰੋਕਦੇ ਆ ਕਹਿੰਦੇ ਹੁੰਦੇ ਨਾ ਵੀ ਤੈਨੂੰ ਐਡੀ ਵੱਡੀ ਗੱਡੀ ਨਹੀਂ ਦੇਖਦੀ ਤੁਰਿਆ ਨਾ ਮੋਹਰੇ ਪਰ ਇੱਥੇ ਜੇ ਲਾਈਟਾਂ ਨਾ ਵੀ ਹੋਣ ਬੰਦਾ ਉੱਦਾਂ ਹੀ ਤੁਰਿਆ ਜਾਂਦਾ ਹੋਵੇ ਨਾ ਅਤੇ ਰੋਕ ਲੈਂਦੇ ਇਹ ਕਹਿੰਦੇ ਤੂੰ ਲੰਘ ਜਾ ਭਰਾਵਾ ਤੁਰਨ ਵਾਲਿਆ ਅਸੀਂ ਬਾਅਦ 'ਚ ਲੰਘਾਂਗੇ ਐਵੇਂ ਦੇ ਰੂਲ ਫੋਲੋ ਕਰਦੇ ਇਹ ਵਧੀਆ ਤੁਰਨ ਵਾਲੇ ਦੀ ਪਹਿਲ ਆ ਪਹਿਲਾਂ ਲਓ ਵੀ ਦਿਖ ਗਈ ਟ੍ਰੈਮ ਆਹਦੇ ਟਰੈਕ ਦੇ ਉੱਤੇ ਹੀ ਖੜ੍ਹੀ ਆ ਹਾਲੇ ਤਾਂ ਟਾਈਮ ਨਹੀਂ ਹੋਇਆ ਲੱਗਦਾ ਤੁਰਨ ਦਾ ਤਾਂ ਹੀ ਖੜ੍ਹੀ ਹੈ ਅਤੇ ਆਹ ਆ ਗਿਆ ਸਟੇਸ਼ਨ ਸਾਢੇ 10 ਪਹੁੰਚ ਗਏ ਹਾਂ
ਸਟੇਸ਼ਨ ਦੇ ਉੱਤੇ ਤੇ 15 ਮਿੰਟ ਪਏ ਆ। ਵੋਕਜ਼ਲ ਲਿਖਿਆ, ਵੋਕਜ਼ਲ, ਵੋਕਜ਼ਲ, ਸਮਰਕੰਦ, ਵੋਕਜ਼ਲ, ਸਮਰਕੰਦ। ਉਹ ਐਂਟਰੀ ਹੈ ਸਾਹਮਣੇ, ਏਟੀਐਮ ਵੀ ਆਪਣੇ ਸਾਰੇ ਕਾਰਡ ਚੱਲਦੇ ਆ, ਤੇ ਏਟੀਐਮ ਦੇ ਵਿੱਚੋਂ ਹੀ ਆਪਾਂ ਇੱਦਾਂ ਹੀ ਪੈਸੇ ਕਢਾਏ ਸੀ, ਪਿਛਲੀ ਵੀਡੀਓ 'ਚ ਵੀ ਜਾਣਕਾਰੀ ਦਿੱਤੀ ਸੀਗੀ। ਇਹ ਹੈਗੀ ਐਂਟਰੀ, ਮੇਨ ਗੇਟ 'ਤੇ ਹੀ ਬੈਗ ਚੈੱਕ ਹੋ ਜਾਂਦੇ ਆ, ਐਕਸਰੇ ਹੋ ਕੇ ਬੈਗਾਂ ਦੇ ਸਕੈਨ ਕਰਕੇ ਭੇਜਤਾ ਅੰਦਰ। ਇਹ ਤਾਂ ਸੁਣਨਾ ਨਹੀਂ ਲੱਗਦਾ, ਔਰ ਰਸ਼ ਨਹੀਂ ਹੈਗਾ। ਅਤੇ ਇਹ ਹੈਗਾ 276 ਕਿਲੋਮੀਟਰ ਆ, GPS ਇੰਨਾ ਸ਼ੋਅ ਕਰਦਾ ਬੁਖਾਰੇ ਨੂੰ, ਅਤੇ 1.5-2 ਘੰਟੇ ਲਾਊਗੀ ਇਹ ਆਪਾਂ ਨੂੰ। ਅਤੇ ਇਹਦੀ ਫੁੱਲ ਸਪੀਡ ਗੂਗਲ ਕੀਤਿਆਂ ਦੱਸਦਾ ਵੀ 200 ਕਿਲੋਮੀਟਰ ਤੋਂ ਉੱਪਰ ਆ ਪ੍ਰਤੀ ਘੰਟਾ। ਪਹਿਲੀ ਵਾਰ ਬੈਠਣਾ? ਹਾਂ, ਬੁਲਟ ਟ੍ਰੇਨ ਦਾ ਸਫ਼ਰ ਪਹਿਲੀ ਵਾਰ ਆ। ਆਪਣੇ ਵੀ ਇੰਡੀਆ ਚੱਲ ਪੈਣੀ ਆ ਜਾਂਦਿਆਂ ਨੂੰ ਪੰਜਾਬ 'ਚ। ਆਹੋ, ਉਹ ਕਿਹੜੀ ਸੀ, ਬੰਦੇ ਭਾਰਤ? ਅੱਗੇ ਤਾਂ ਇਹ ਆਪਣੀ ਸ਼ਤਾਬਦੀ ਚੱਲਦੀ ਆ, ਪਰ ਉਦੋਂ ਤੇਜ਼ ਜਿਹੜੀ ਆ, ਹੁਣ ਬੰਦੇ ਭਾਰਤ ਆ, ਅੰਮ੍ਰਿਤਸਰ ਤੋਂ ਦਿੱਲੀ ਨੂੰ ਸ਼ੁਰੂ ਹੋਣ ਵਾਲੀ ਆ। ਉਹ 4-4.5 ਘੰਟੇ 'ਚ ਪਹੁੰਚ ਜਾਇਆ ਕਰਨਾ ਸ਼ਾਇਦ, ਜਦੋਂ ਤੱਕ ਵੀਡੀਓ ਪੈਣੀ ਉਦੋਂ ਤੱਕ ਸ਼ੁਰੂ ਹੋ ਹੀ ਗਈ ਹੋਵੇ ਸਰਵਿਸ। ਆ ਪਿਆ ਸਵਾਰੀਆਂ ਦਾ ਇੰਨਾ ਰਸ਼, ਅਤੇ ਆ ਗਈ ਆ ਬੁਲਟ ਟ੍ਰੇਨ, ਜਾਊ ਬੁਖਾਰੇ ਨੂੰ ਹੁਣ ਇੱਥੋਂ। ਇੱਦਾਂ ਦਾ ਹੀ ਮੂੰਹ ਹੁੰਦਾ ਨਾ ਬੁਲਟ ਟ੍ਰੇਨ ਦਾ, ਜਹਾਜ਼ ਵਾਲਾ। ਆਪਣਾ ਬੋਗੀ ਨੰਬਰ ਹੈਗਾ ਜੀ 5, ਆਹ ਵਾਲਾ ਆ ਦੇ ਆ ਗਈ, ਆਹ 5 ਆ। ਚਲੋ ਫਿਰ ਬੈਠੀਏ ਜਾ ਕੇ, ਛੋਟੀ ਜਿਹੀ ਹੈ ਨਾ, ਬਹੁਤੀ ਵੱਡੀ ਨਹੀਂ ਹੈ। ਹਾਂ, 5, 6, 7, 8, 9, 10, 11 ਡੱਬੇ ਨੇ ਇਹਨੂੰ। ਆਪਾਂ ਕਹਿੰਦੇ ਰਸ਼ ਨਹੀਂ ਹੈਗਾ, ਦੇਖੋ ਹੁਣ ਪੈ ਗਿਆ ਵਾਵਾ, ਉੱਥੇ ਨਹੀਂ ਸੀ ਨਾ ਦਿਖਦਾ ਕਿਉਂਕਿ ਲੋਕ ਟਾਈਮ 'ਤੇ ਪਹੁੰਚੇ ਪਏ ਸੀਗੇ। ਆਪਣੇ 2-2 ਵਾਰੀਆਂ ਹੁੰਦੀਆਂ, ਇੱਕ ਮੋਹਰੇ ਅਤੇ ਇੱਕ ਪਿਛਲੇ ਪਾਸੇ, ਪਰ ਇਹਨਾਂ ਡੱਬਿਆਂ ਨੂੰ 1-1 ਹੀ ਹੈ। ਉਹ ਦੇਖੋ ਮੋਹਰੇ ਟੀ ਖੜਾ ਕਿੱਦਾਂ ਦਾ ਨਾ, ਪਾ ਕੇ ਟੋਪੀ ਲੈ ਕੇ ਅਤੇ ਪੂਰਾ ਪਾਇਆ ਉਹਨੇ ਕੋਟ ਜਿਹਾ ਉਵੇਂ ਦਾ, ਐਵੇਂ ਦੀਆਂ ਟੋਪੀਆਂ ਚੱਲਦੀਆਂ ਇੱਧਰ। ਠੰਡ ਤਾਂ ਕਰਕੇ ਵਰਦੀ ਬਦਲ ਜਾਂਦੀ ਹੋਣੀ ਗਰਮੀਆਂ ਵਾਲੀ, ਪਹਿਲਾਂ ਉੱਤਰ ਰਹੇ ਆ, ਆਪਣੇ ਵਾਲਿਆਂ ਨੇ ਉੱਤਰਨਾ ਨਹੀਂ ਸੀ ਦੇਣਾ ਉੱਧਰ, ਨਾਲ ਉਤਰਾ ਵੀ ਰਹੇ ਆ ਬੈਗ ਫੜ ਫੜ ਕੇ ਵੀ ਆ ਜਾਓ ਆ ਜਾਓ ਉੱਤਰ ਜਾਓ। ਚੰਗੀ ਗੱਲ ਆ ਯਾਰ, ਮਦਦ ਕਰ ਰਹੇ ਆ। ਜ਼ਿਆਦਾ ਟੂਰਿਸਟ ਹੀ ਆ ਲੱਗਦੇ, ਜਿੱਦਾਂ ਕੋਰੀਅਨ ਜਾਂ ਜਪਾਨੀ ਚਿਹਰੇ ਐਵੇਂ ਦੇ ਨੇ ਜਿਹੜੇ ਉੱਤਰ ਰਹੇ ਆ, ਅਤੇ ਚੜ੍ਹਨ ਵਾਲਿਆਂ 'ਚ ਵੀ ਬਾਹਲੇ ਉਹੀ ਹੈ। ਬਾਕੀ ਇਹਨਾਂ ਦੇ ਵੀ ਫੀਚਰ ਕੁਛ ਉਵੇਂ ਦੇ ਆ ਕੁਛ ਕੁਛ ਬੰਦਿਆਂ ਦੇ ਕੁਝ ਹਿੱਸਿਆਂ 'ਚ, ਕਿਉਂਕਿ ਜ਼ਰੂਰ ਹੈ ਮੁਸਲਿਮ ਕੰਟਰੀ ਹੈ, ਪਰ ਫੀਚਰ ਵੀ ਇਹਨਾਂ ਦੇ ਅਲੱਗ ਆ, ਅਤੇ ਧਰਮ ਨੂੰ ਮੰਨਣ ਦਾ ਢੰਗ ਵੀ ਥੋੜ੍ਹਾ ਜਿਹਾ ਹੋਰ ਤਰ੍ਹਾਂ ਦਾ ਆ ਇਹਨਾਂ ਦਾ। ਸਾਰੇ ਚੜ੍ਹ ਗਏ, ਅਸੀਂ ਕਿਹਾ ਅਖੀਰ 'ਤੇ ਚੜ੍ਹਾਂਗੇ, ਅਤੇ ਇਹਨੂੰ FECOB ਕਹਿੰਦੇ ਆ ਬੁਲਟ ਟ੍ਰੇਨ ਨੂੰ। ਇੱਥੇ ਹੈਦਰਲੇ ਬੰਨੇ ਆਹ ਵਾਲਾ ਮੁੰਡਾ, 5 ਕਿਹੜਾ ਆਹ ਜਿਹੜਾ ਡੱਬੇ 'ਚ ਵੜਦੇ ਸਾਰ ਹੀ ਆਹ ਅਸੀਂ ਬੈਗ ਰੱਖਤੇ ਇੱਥੇ, ਇੱਦਾਂ ਰੈਕ ਬਣੇ ਆ। ਆਹ ਵਧੀਆ ਵੀ, ਇੱਥੇ ਵੱਡੇ ਰੱਖ ਸਕਦੇ ਹੋ, ਬਾਕੀ ਆ ਉੱਪਰਲੇ ਰੈਕਾਂ 'ਚ ਵੀ ਰੱਖੇ ਜਾ ਸਕਦੇ। ਅਤੇ ਸੀਟ 9-10 ਨੰਬਰ ਆਹ ਵਾਲੀ ਮਿਲੀ ਹੈ, ਇਹ ਵੀ ਹੁਣ ਟ੍ਰੇਨ ਇੱਧਰ ਨੂੰ ਜਾਣੀ ਹੈ, ਮਤਲਬ ਪੁੱਠੇ ਬੰਨੇ ਮਿਲੀ ਆਪਾਂ ਨੂੰ ਸੀਟ।
ਦਿੱਲੀ ਵੀ ਕਈ ਵਾਰ ਇੱਦਾਂ ਹੁੰਦਾ ਜਦੋਂ ਦਿੱਲੀ ਨੂੰ ਜਾਓ ਤੇ ਇੱਦਾਂ ਹੀ ਮਿਲਦੀ ਆ ਤੇ ਇੱਥੇ ਵੀ ਇੱਦਾਂ ਹੀ ਮਿਲਦੀ ਕਿਉਂਕਿ ਇੱਥੇ ਆ ਕੇ ਅੱਧ ਹੋ ਜਾਂਦਾ ਤੇ ਜਿੱਥੇ ਅੱਧ ਹੁੰਦਾ ਹੁੰਦਾ ਉੱਥੇ ਫਿਰ ਸੀਟਾਂ ਇੱਦਾਂ ਅੱਧੀਆਂ ਉੱਧਰ ਨੂੰ ਹੋ ਜਾਂਦੀਆਂ ਤਾਂ ਅੱਧੀਆਂ ਉੱਧਰ ਨੂੰ ਹੋ ਜਾਂਦੀਆਂ 10:45 ਤੇ ਤੁਰ ਪਈ ਆ ਅਤੇ 10:36 ਤੇ ਇੱਥੇ ਪਹੁੰਚ ਗਈ ਸੀ ਮਤਲਬ ਇੱਕ ਮਿੰਟ ਪਹਿਲਾਂ ਹੀ ਤੁਰੀ ਆ ਆਪਦੇ ਪੂਰੇ ਟਾਈਮ ਤੋਂ ਅਤੇ ਪਹਿਲਾਂ ਹੀ ਪਹੁੰਚੀ ਹੈ 10:40 ਤੇ ਤੁਰਨੀ ਸੀ ਇੱਕ ਮਿੰਟ ਪਹਿਲਾਂ ਹੀ ਆਪਦੇ ਪੂਰੇ ਸਮੇਂ ਦੀ ਪਾਬੰਦ ਆ ਅਤੇ ਇੱਧਰ ਖੜੀਆਂ ਮਾਲ ਗੱਡੀਆਂ ਬਹੁਤ ਪੁਰਾਣੀਆਂ ਲੱਗਦੀਆਂ ਸੋਵੀਅਤ ਟਾਈਮ ਦੀਆਂ ਹੀ ਨੇ ਇਹ ਦੇਖਣ ਨੂੰ ਲੱਗਦਾ ਆਹ ਤੇਲ ਵਾਲੇ ਟੈਂਕਰ ਵੀ ਇਹਨਾਂ ਦੇ ਵਿੱਚ ਅਤੇ ਉੱਦਾਂ ਦੂਸਰਾ ਸਮਾਨ ਸਮੂਨ ਢੋਣ ਵਾਲਾ ਸਿਸਟਮ ਵੀ ਹੈਗਾ ਸਾਰਾ ਸਾਫ਼ ਸਫਾਈ ਵੀ ਪੂਰੀ ਹੈ ਸਟੇਸ਼ਨ ਬਹੁਤ ਸਾਫ਼ ਸੀਗਾ ਅਤੇ ਆਹ ਪਟੜੀਆਂ ਪੁਟੜੀਆਂ ਵੀ ਪੂਰੀਆਂ ਸਾਫ਼ ਨੇ ਸ਼ਹਿਰ 'ਚੋਂ ਬਾਹਰ ਨਿਕਲ ਕੇ ਵੇਖਦੇ ਹਾਂ ਵੀ ਇੱਥੋਂ ਦੀ ਆਬੋ ਹਵਾ ਕਿਵੇਂ ਦੀ ਆ ਪਹਾੜ ਪਹੂੜ ਕਿਵੇਂ ਦੇ ਆ ਕਿਉਂਕਿ ਉਸ ਦਿਨ ਆਪਾਂ ਰਾਤ ਨੂੰ ਹੀ ਆਏ ਸੀਗੇ ਬਾਹਲਾ ਪਤਾ ਨਹੀਂ ਸੀ ਲੱਗਾ ਵੀ ਸ਼ਹਿਰ ਦਾ ਬਾਹਰਲਾ ਪਾਸਾ ਕਿਵੇਂ ਦਾ ਸ਼ਹਿਰ ਤੋਂ ਬਾਹਰ ਆਉਂਦਿਆਂ ਖੇਤੀ ਸ਼ੁਰੂ ਹੋ ਗਈ ਕਣਕ ਦੇ ਖੇਤ ਨੇ ਆਹ ਕੁਝ ਵਿੱਚ ਹੋਰ ਵੀ ਲੱਗ ਰਿਹਾ ਵੱਟਾਂ ਦੇ ਉੱਤੇ ਬੀਜਿਆ ਪਿਆ ਸੇਬਾਂ ਦੇ ਵੀ ਆ ਰੁੱਖ ਪਰ ਹੁਣ ਪੱਤਝੜ ਆਈ ਪਈ ਆ ਇੱਥੇ ਬਾਕੀ ਟਿਕਟਾਂ ਆਪਣੀਆਂ ਜਦੋਂ ਚੜ੍ਹੇ ਸੀਗੇ ਉਸ ਵੇਲੇ ਬਾਹਰੋਂ ਹੀ ਚੈੱਕ ਹੋ ਗਈਆਂ ਅਤੇ ਹੁਣ ਟੀਟੀ ਨੇ ਅੰਦਰ ਚੈੱਕ ਕਰਨ ਨਹੀਂ ਆਉਣਾ ਅਤੇ ਜਿਹੜਾ ਆਪਣਾ ਕਿਰਾਇਆ ਲੱਗਿਆ ਇੱਕ ਜਣੇ ਦਾ ਇੰਡੀਅਨ ਦੇ ਹਿਸਾਬ ਨਾਲ ਘੱਟ ਹੋਏ ਨੇ ਮਨਪ੍ਰੀਤ ਕਿੰਨੇ ਘੱਟੇ ਸੀਗੇ 1755 ਦੋਵਾਂ ਜਣੇ 1755 ਦੋਵਾਂ ਦੇ ਮਤਲਬ 860-870 ਰੁਪਈਏ ਇੱਕ ਜਣੇ ਦੇ ਲੱਗੇ ਆ ਅਤੇ ਇੱਥੇ ਚੱਲਦੀ ਕਰੰਸੀ ਸੋਮ 'ਚ ਕੱਟ ਹੋਏ ਵੈਸੇ ਪਰ ਅਸੀਂ ਕਾਰਡ ਇੰਡੀਅਨ ਹੀ ਆਪਦਾ ਉਹ ਵਿੱਚ ਐਡ ਕੀਤਾ ਸੀਗਾ ਜਦੋਂ ਅਸੀਂ ਔਨਲਾਈਨ ਬੁੱਕ ਕੀਤੀ ਆ ਅਤੇ ਸੋਮਾਂ ਦੇ ਵਿੱਚ ਉਹ ਬਣਦੀ ਸੀ 1,24,000 ਦੀ ਅਤੇ ਬਾਕੀ ਇੰਡੀਅਨ ਦੇ ਵਿੱਚ 1755 ਬਣਿਆ ਮੈਨੂੰ ਲੱਗਦਾ ਬੁਲਟ ਟ੍ਰੇਨ ਦਾ ਸਫ਼ਰ ਇੰਨੇ 'ਚ ਕੋਈ ਬਾਹਲਾ ਮਹਿੰਗਾ ਨਹੀਂ ਹੈਗਾ ਕਿਉਂਕਿ 270-280 ਕਿਲੋਮੀਟਰ ਇਹ ਸਫ਼ਰ ਵੀ ਹੈਗਾ ਜਿਹੜਾ ਇੱਥੋਂ ਸਮਰਕੰਦ ਤੋਂ ਲੈ ਕੇ ਬੁਖਾਰੇ ਤੱਕ ਦਾ ਅਤੇ 2.5 ਘੰਟੇ 'ਚ ਆਪਾਂ ਪਹੁੰਚ ਜਾਣਾ ਪੂਰੇ 1 ਘੰਟੇ ਬਾਅਦ ਟ੍ਰੇਨ ਰੋਗੀ ਆ ਕੇ ਆ ਸਟੇਸ਼ਨ 'ਤੇ ਨੋਏ ਅਤੇ ਸਵਾਰੀਆਂ ਇੱਥੇ ਕੁਝ ਉਤਰਨ ਵਾਲੀਆਂ ਸੀਗੀਆਂ ਉਤਰ ਗਈਆਂ ਅਤੇ ਕੁਛ ਚੜ੍ਹਨ ਵਾਲੀਆਂ ਹੋਣਗੀਆਂ ਉਹ ਚੜ੍ਹ ਜਾਣਗੀਆਂ ਵੈਸੇ ਇਹ ਸਟੇਸ਼ਨ ਵੀ ਸੁੰਨਾ ਜਿਹਾ ਹੀ ਪਿਆ ਆ ਬਾਹਲਾ ਰਸ਼ ਨਹੀਂ ਹੈਗਾ ਤਾਂ ਆਪਣੇ ਸਟੇਸ਼ਨਾਂ 'ਤੇ ਤਾਂ ਗਾਹ ਹੁੰਦਾ ਪੂਰਾ ਦਿੱਲੀ ਚਲ ਜਾਓ ਪੈਰ ਰੱਖਣ ਨੂੰ ਜਗ੍ਹਾ ਨਹੀਂ ਹੁੰਦੀ ਇਹ ਵੈਸੇ ਵੱਡੇ ਸ਼ਹਿਰ ਆ ਜਿਨ੍ਹਾਂ 'ਚੋਂ ਆਪਾਂ ਹੁਣ ਆਏ ਹਾਂ ਸਮਰਕੰਦ ਵੀ ਅਤੇ ਬੁਖਾਰਾ ਵੀ ਬਾਕੀ ਤਾਸ਼ਕੰਦ ਤਾਂ ਜ਼ਿਆਦਾ ਤਾਸ਼ਕੰਦ ਜ਼ਿਆਦਾ ਮਾਡਰਨ ਵੀ ਹੋਊਗਾ ਇਹ ਤਾਂ ਫਿਰ ਵੀ ਥੋੜ੍ਹੇ ਜਿਹੇ ਪੁਰਾਣੇ ਸ਼ਹਿਰ ਆ ਉਹ ਉਹਦੇ 'ਚ ਨਵੀਂ ਉਸਾਰੀ ਹੋਣੀ ਆ ਕਿਉਂਕਿ ਰਾਜਧਾਨੀ ਵੀ ਆ ਪੂਰੇ 12:29 'ਤੇ ਪਹੁੰਚ ਗਈ ਆ ਵੀ ਟ੍ਰੇਨ ਬੁਖਾਰੇ ਨਾ 1 ਮਿੰਟ ਦੇਰੀ ਨਾਲ ਅਤੇ ਨਾ 1 ਮਿੰਟ ਪਹਿਲਾਂ ਪੂਰੇ ਟਾਈਮ 'ਤੇ ਪਾਬੰਦ ਆ ਵੈਸੇ ਰਸ਼ੀਅਨ ਟ੍ਰੇਨਾਂ ਤਾਂ ਸੋਵੀਅਤ ਟ੍ਰੇਨਾਂ ਕਿਹਾ ਜਾਂਦਾ ਵੀ ਪੂਰੇ ਟਾਈਮ 'ਤੇ ਆਉਂਦੀਆਂ
ਹਵਾ ਵੀ ਬਹੁਤ ਚੱਲ ਰਹੀ ਹੈ। ਹਾਂ ਸਟੇਸ਼ਨ 'ਤੇ ਆਪਾਂ ਗੱਡੀ ਕਰਦੇ ਹਾਂ ਬੁੱਕ, ਪਰ ਪਹਿਲਾਂ ਇੱਥੋਂ ਸਮਾਨ ਸਮੂਨ ਖਾਣ ਲਈ ਦੇਖ ਰਿਹਾ ਮੈਡਮ ਜੀ, ਲੱਭਦਾ ਕੁਛ ਨਹੀਂ? ਮੈਂ ਕਿਹਾ ਸਮੋਸਾ ਵੀ ਬੀਫ ਵਾਲਾ ਨਾ, ਨੋ ਗੋਸ਼ਤ। ਸਮੋਸੇ ਇੱਥੇ ਵੀ ਬੀਫ ਵਾਲੇ ਮਿਲਦੇ ਆ ਤੇ ਚਿਕਨ ਵਾਲੇ ਜਾਂ ਗੋਸ਼ਤ ਵਾਲੇ। ਬਾਹਰ ਤਾਂ ਮੈਂ ਕਿਹਾ ਪੇਸਟਰੀਜ਼ ਲਾਈਆਂ, ਚੱਲ ਇਹੀ ਲੈ ਲਾਂ ਕੋਈ। ਪੇਸਟਰੀ ਸੀਗੀਆਂ? ਨਹੀਂ ਸੀਗੀਆਂ। ਚਲੋ ਆ ਜਾਓ, ਆਉਂਦੀ ਹੈ ਗੱਡੀ। ਹੋ ਗਈ, ਕਰ ਦਿੱਤੀ ਹੈ। ਆ ਗਈ ਆ ਵਾਲੀ ਗੱਡੀ ਲਸੇਟੀ ਸ਼ੈਵਰਲੇ ਦੀ, ਜਿਵੇਂ ਮੈਂ ਕਿਹਾ ਸੀ ਵੀ ਸ਼ੈਵਰਲੇ ਸ਼ੈਵਰਲੇ ਹੀ ਹੋਈ ਪਈ ਇੱਥੇ। ਸਿਲੰਡਰ ਪਏ ਇਹਨਾਂ ਦੇ ਕੋਲ, ਆਹ ਵਾਲਾ ਵਿੱਚ ਹੀ ਰੱਖ ਦਿੰਦਾ। ਐਲ ਪੀ ਜੀ ਅਤੇ ਸੀ ਐਨ ਜੀ, ਇਹ ਚੀਜ਼ਾਂ ਚੱਲਦੀਆਂ ਵੇਲੀ ਹੋ ਇੱਥੇ। ਆਹ ਫੜਿਓ ਮਾੜਾ ਜਿਹਾ ਬੈਗ, ਆਹ ਚਲੋ ਵੀ ਪਾਊ ਜੀ। ਇਹ ਸਾਹਿਲ ਵੀਰ ਨੇ ਕਰਕੇ ਦਿੱਤੀ ਹੈ, ਜਿਹੜਾ ਆਪਣਾ ਜਿਹਦੇ ਕੋਲੋਂ ਵੀਰ ਕੋਲੋਂ ਆਏ ਹਾਂ ਆਪਾਂ। ਅਤੇ ਇੱਥੇ ਵੈਸੇ ਮੰਗ ਰਹੇ ਸੀਗੇ ਇਹ ਤਕਰੀਬਨ 2 ਲੱਖ ਸੋਮ, ਪਰ ਉਦੋਂ ਕਈ ਗੁਣਾ ਘੱਟ, ਸਿਰਫ 30,000 ਚ ਹੋਈ ਆ ਇਹ, 30 ਤੋਂ ਵੀ ਘੱਟ ਚ ਹੋਈ ਆ। ਜਿਵੇਂ ਤੁਹਾਨੂੰ ਪਤਾ ਕਿ ਬਾਹਰਲੇ ਬੰਦਿਆਂ ਨੂੰ ਵੇਖ ਕੇ ਇਹਨਾਂ ਨੇ ਵੱਧ ਹੀ ਮੰਗਣੇ ਹੁੰਦੇ ਆ। ਆਪਣੇ ਚੱਲਦੀਆਂ ਓਲਾ, ਊਬਰ, ਇਰਾਨ 'ਚ ਚੱਲਦੀ ਸੀ ਸਨੈਪ, ਅਤੇ ਇੱਥੇ ਚੱਲਦੀ ਆ ਜ਼ੈਂਡੈਕਸ। ਜ਼ੈਂਡੈਕਸ ਐਪ ਤੋਂ ਇਹ ਗੱਡੀ ਆਈ ਹੈ। ਬੁਖਾਰੇ ਵਾਲਾ ਰੇਲਵੇ ਸਟੇਸ਼ਨ 13 ਤੋਂ 14 ਕਿਲੋਮੀਟਰ ਬਾਹਰ ਆ, ਅਤੇ ਆਪਣਾ ਜਿਹੜਾ ਹੋਟਲ ਬੁੱਕ ਕੀਤਾ ਉਹ ਹੈਗਾ ਸ਼ਹਿਰ ਦੇ ਬਿਲਕੁਲ ਵਿਚਾਲੇ, 13-14 ਕਿਲੋਮੀਟਰ ਜਿੱਦਾਂ ਦੱਸਿਆ ਵੀ ਇੰਨਾ ਸਫ਼ਰ ਆ। ਅਤੇ ਬੁਖਾਰੇ ਪਹੁੰਚਦੇ ਹੀ ਆ ਧੂੜ ਮਿੱਟੀ ਉੱਡਣ ਲੱਗ ਪਈ, ਇਹਦੇ ਨਾਲ ਸਵਾਗਤ ਹੋਇਆ ਇੱਥੇ। ਅੱਜ ਹਵਾਵਾਂ ਤੇਜ਼ ਚੱਲ ਰਹੀਆਂ ਨੇ, ਸਮਰਕੰਦ ਦੇ ਵਿੱਚ ਇੱਦਾਂ ਨਹੀਂ ਸੀ, ਇੱਥੇ ਧੂੜਾਂ ਉੱਡ ਰਹੀਆਂ ਪੂਰੀਆਂ। ਬਾਹਰੋਂ ਵੇਖਣ ਨੂੰ ਤਾਂ ਬੜਾ ਖੁੱਲ੍ਹਾ ਖੁੱਲ੍ਹਾ ਲੱਗ ਰਿਹਾ, ਆਬਾਦੀ ਉਸ ਹਿਸਾਬ ਨਾਲ ਦਿਖਦੀ ਨਹੀਂ, ਨਾ ਵੱਡੀਆਂ ਉੱਦਾਂ ਦੀਆਂ ਇਮਾਰਤਾਂ ਸੀ ਹਾਲੇ ਤੱਕ, ਅੱਗੇ ਜਾ ਕੇ ਆਉਣਗੀਆਂ। ਆਹ ਕੁਛ ਹੈ ਮਾਰਕੀਟ ਇੱਧਰਲੇ ਬੰਨੇ, ਇੰਜ ਦਾ ਵੀ ਬਾਹਰਲੇ ਬੰਨਿਓ ਬੁਖਾਰਾ ਸਿਲਕ ਰੂਟ ਲਈ ਮਸ਼ਹੂਰ ਸ਼ਹਿਰ, ਬਲਖ, ਬੁਖਾਰਾ, ਸਮਰਕੰਦ ਅਤੇ ਵੱਡੇ ਗੜ੍ਹ ਰਹੇ ਆ। ਇੱਥੋਂ ਦੀ ਲਿਪੀ 'ਚ ਬੁਖਾਰਾ ਇੰਜ ਲਿਖਿਆ ਜਾਂਦਾ, BUXOR, ਜਿਹੜੀ ਐਕਸ ਆ ਨਾ ਖਾ 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 ਦੀ ਆਵਾਜ਼ ਕੱਢਦੀ ਆ, ਬੁਖਾਰਾ ਇੰਜ ਆ ਇੱਥੇ। ਮਤਲਬ ਕੁਝ ਸ਼ਬਦ ਜਿਹੜੇ ਆ ਵਿੱਚੋਂ, ਮਤਲਬ ਕੁਝ ਅਲਫਾਬੈਟ ਆ ਉਹ ਬਦਲਦੇ ਆ, ਅਤੇ ਫਿਰ ਸ਼ਬਦ ਦਾ ਉਚਾਰਨ ਜਿਹੜਾ ਉਹ ਬਦਲ ਜਾਂਦਾ। ਸ਼ਹਿਰ ਦੇ ਅੰਦਰ ਆ ਗਏ ਤਾਂ ਬਿਲਕੁਲ ਬਰੀਕ ਗਲੀਆਂ ਬਈ, ਜਿੱਧਰ ਸਾਡਾ ਹੋਟਲ ਆ ਦੇਖੋ, ਪੁਰਾਣਾ ਸ਼ਹਿਰ ਹੈ ਵੀ, ਬਹੁਤ ਜ਼ਿਆਦਾ ਪੁਰਾਣੀ ਸਾਰੀ ਹੈ ਇਹ ਸਾਰੀ ਲੱਗਣ ਡੀ। ਪਲਸਤਰ ਵੀ ਮਿੱਟੀ ਵਾਲੇ ਆ ਜਿਵੇਂ ਯੈਸ ਦੇ ਸ਼ਹਿਰ 'ਚ ਸੀਗੇ। ਇੱਥੇ ਲਾ ਦੇ, ਨੋ ਪ੍ਰੋਬਲਮ, ਸਟੋਪ।
ਇੱਥੇ ਤੁਰ ਕੇ ਚੱਲ ਜਾਣਾ। ਥੈਂਕ ਯੂ, ਬਾਏ ਬਾਏ। ਹੋਟਲ ਗੋਲਡਨ ਮਿਨਾਰਤ ਆ ਜਾਓ, ਇੱਧਰ ਦੀ ਹੋਊਗਾ ਬੂਆ ਦਾ। ਹਾਂ ਥੱਲੇ ਹੈਗਾ ਇੱਕ ਦਰਵਾਜ਼ਾ, ਬਾਕੀ ਮੈਂ ਉੱਧਰ ਦੇਖਾਂ, ਇੱਧਰ ਤਾਂ ਨਹੀਂ, ਉੱਪਰ ਹੀ ਚੈੱਕ ਕਰ ਲਓ। ਆ ਹੈਗਾ ਹੁਣ, ਪਤਾ ਨਹੀਂ ਇਹ ਹੈ ਨਹੀਂ, ਇੱਧਰ ਥੱਲੇ ਹੀ ਆ। ਇਹ ਹੋਊਗਾ ਜਾਂ ਉੱਧਰ ਦੀ ਹੋਊਗਾ, ਖੜਕਾਵਾਂ। ਖੋਲੋ ਭਰਾਵਾ। ਹੈਲੋ, ਹੈਲੋ, ਥੈਂਕ ਯੂ, ਥੈਂਕ ਯੂ। ਹੋਟਲ ਗੋਲਡਨ ਮਿਨਾਰਤ, ਓਕੇ, ਵੀ ਹੈਵ ਅ ਬੁਕਿੰਗ ਔਨ ਅਮਰੀਕ ਸਿੰਘ ਨੇਮ, ਅਮਰੀਕ ਸਿੰਘ, ਪਲੀਜ਼ ਚੈੱਕ। ਆ ਜੋ ਵੀ ਆਪਣੀ ਰਿਜ਼ਰਵੇਸ਼ਨ ਮੈਂ ਕੱਲ੍ਹ ਹੀ ਰਾਤੀਂ ਕਰਾ ਦਿੱਤੀ ਸੀਗੀ, ਅਤੇ ਬੀਬਾ ਜੀ ਨੇ ਆਹ ਕਮਰਾ ਦਿੱਤਾ ਆਪਾਂ ਨੂੰ। ਬੱਤੀਆਂ ਬੁੱਤੀਆਂ ਜਗਾਓ, ਲਾਈਟਸ। ਅੱਛਾ ਹੈ ਨਹੀਂ ਗੀ ਬੱਤੀ, ਕੋਈ ਨੋ ਪ੍ਰੋਬਲਮ, ਆ ਜੂਗੀ। ਥੈਂਕ ਯੂ, ਓਕੇ ਓਕੇ, ਨੋ ਪ੍ਰੋਬਲਮ, ਇੱਕ ਘੰਟੇ 'ਚ ਆ ਜੂਗੀ ਕਹਿੰਦੀ ਬੱਤੀ। ਸੋਹਣਾ ਕਮਰਾ, ਚਲੋ ਵੈਸੇ ਚਾਨਣ ਹੈਗਾ ਆ, ਮੈਨੂੰ ਲੱਗਦਾ ਹਨੇਰ ਚੱਲਣ ਡਿਆ ਬਾਹਰ, ਤਾਂ ਕਰਕੇ ਬੱਤੀ ਜਿੱਦਾਂ ਆਪਣੇ ਵੀ ਚੱਲ ਜਾਂਦੀ ਹੁੰਦੀ, ਉਵੇਂ ਚੱਲ ਗਈ ਹੋਣੀ ਆ, ਕਿਉਂਕਿ ਇੱਧਰ ਹੈਗੀ ਨਾ। ਹਾਂ ਤਾਕੀ ਹੈਗੀ ਆ, ਆਹਦੇ ਆਹ ਵਾਲੀ ਚੀਜ਼ ਕਿੰਨੀ ਸੋਹਣੀ ਲੱਗਦੀ, ਉੱਪਰ ਲੱਕੜ ਦਾ ਸਾਰਾ ਨਾ ਕੀਤਾ ਛੱਤ ਦਾ। ਇੱਥੇ ਰੱਖ ਲਓ ਸਮਾਨ, ਇੱਧਰ ਕੁਛ, ਇੱਧਰ ਇੱਧਰੋਂ ਬੱਤੀ ਆਉਣ 'ਤੇ ਕਮਰਾ ਚੱਜ ਤਰ੍ਹਾਂ ਵਿਖਾਉਂਦੇ। ਬਾਕੀ ਉੱਪਰੋਂ ਅਸੀਂ ਹੈ ਨਾ ਵਾਲਾ ਤਾਂ ਬੁੱਕ ਕੀਤਾ ਸੀ, ਇਹਦੇ ਆਲੇ ਦੁਆਲੇ ਸ਼ਹਿਰ ਬਹੁਤ ਸੋਹਣਾ ਦਿਖਦਾ। ਗੋਲਡਨ ਮਿਨਾਰਤ ਟੈਰਸ, ਹਾਂ ਗੋਲਡਨ ਮਿਨਾਰਤ ਟੈਰਸ। ਕੱਚਾ ਕੱਚਾ ਹੀ ਲੇਪ ਕੀਤਾ ਯਾਰ ਆਲੇ ਦੁਆਲੇ ਮਕਾਨਾਂ ਨੂੰ ਤਾਂ। ਆਪਾਂ ਅੱਜ ਬੜੇ ਵਧੀਆ ਮੌਕੇ 'ਤੇ ਪਹੁੰਚੇ, ਨਹੀਂ ਤਾਂ ਹਮੇਸ਼ਾ ਚਾਹੇ ਦੇਸ਼ ਦੀ ਸਰਹੱਦ ਕ੍ਰੋਸ ਕਰਕੇ ਪਹੁੰਚੀਏ ਅਤੇ ਚਾਹੇ ਉੱਦਾਂ ਸ਼ਹਿਰ 'ਚ, ਆਪਾਂ ਹਮੇਸ਼ਾ ਹਨੇਰਾ ਹੋ ਜਾਂਦਾ ਇਹ। ਆਹ ਵਾਲਾ ਵਿਊ ਆ ਵੀ ਹੋਟਲ ਤੋਂ ਆਲੇ ਦੁਆਲੇ ਦਾ, ਮਿੱਟੀ ਘੱਟਾ ਬਹੁਤ ਉੱਡਿਆ ਪਿਆ ਨਾ ਸਾਰੀ ਐਨ। ਆਹੋ ਇਹ ਸ਼ਹਿਰ ਦੇ ਵਿੱਚ ਬੜਾ ਮਿੱਟੀ ਘੱਟਾ ਉੱਡਿਆ, ਪਤਾ ਨਹੀਂ ਕਾਹਤੋਂ। ਆਹ ਆਪਾਂ ਚੱਲਾਂਗੇ ਬਾਅਦ 'ਚ ਇੱਧਰਲੇ ਪਾਸੇ ਅੰਦਰੋਂ, ਇਹ ਵੀ ਮਦਰੱਸਾ ਹੀ ਹੈ, ਐਜੂਕੇਸ਼ਨਲ ਇੰਸਟੀਟਿਊਟ ਬਹੁਤ ਪੁਰਾਣੇ ਨੇ ਬਈ ਇੱਥੇ। ਆਹ ਵੇਖੋ ਇਹਦੀ ਛੱਤ ਦੇ ਉੱਤੇ ਕਿੱਦਾਂ ਫੋੜੇ ਜਿਹੇ ਹੋਏ, ਮਤਲਬ ਜਿੱਦਾਂ ਡਾਟਾਂ ਹੁੰਦੀਆਂ, ਇਹ ਤਕਨੀਕ ਸੀਗੀ ਇੱਕ ਕੱਛੂ ਨੇ। ਇਹਨਾਂ ਦੇ ਨਾਲ ਫਿਰ ਡੂਮ ਜਿਹੇ ਬਣੇ ਹੋਣੇ ਵਿੱਚ, ਥੱਲਿਓਂ ਥੱਲਿਓਂ ਵੇਖਣ 'ਤੇ ਡੂਮ ਲੱਗਦੇ ਹੋਣਗੇ, ਉੱਪਰੋਂ ਡਾਟਾਂ ਨੇ ਇੱਟਾਂ ਇਸ ਹਿਸਾਬ ਨਾਲ ਕੀਤੀਆਂ। ਬਾਕੀ ਉਹ ਸਾਹਮਣੇ ਕੋਈ ਕਿਲ੍ਹਾ ਜਿਹਾ ਵੀ ਆ, ਕੱਚਾ ਜਿਹਾ ਦਿਖਦਾ, ਉੱਧਰੋਂ ਵੀ ਲੰਘ ਕੇ ਆਏ ਮੇਰੇ ਕੋਲ, ਅਤੇ ਇਸੇ ਵਿਊ ਨੇ ਇੰਪ੍ਰੈਸ ਕੀਤਾ। ਸ਼ਾਮ ਨੂੰ ਬਹੁਤ ਸੋਹਣੀਆਂ ਲਾਈਟਾਂ ਜਗਦੀਆਂ ਇੱਥੇ, ਅਤੇ ਮੈਨੂੰ ਵਧੀਆ ਲੱਗਿਆ, ਮੈਂ ਤਾਂ ਕਰਕੇ ਇਹ ਕਰਦੇ ਹਾਂ ਬੁੱਕ। ਬਾਕੀ ਸਮਰਕੰਦ ਨਾਲੋਂ ਮੈਨੂੰ ਲੱਗਦਾ ਇਹ ਥੋੜ੍ਹਾ ਜਿਹਾ ਜ਼ਿਆਦਾ ਪੁਰਾਣਾ ਸ਼ਹਿਰ ਆ, ਤਾਂ ਕਰਕੇ ਚੀਜ਼ਾਂ ਵੀ ਜ਼ਿਆਦੀਆਂ ਪੁਰਾਣੀਆਂ ਨੇ ਇੱਥੇ, ਅਤੇ ਹੋ ਸਕਦਾ ਸ਼ਹਿਰ ਦਾ ਨਵਾਂ ਹਿੱਸਾ ਵੀ ਹੋਵੇ, ਪਰ ਆਹ ਪੂਰਾ ਹਾਰਡ ਕੋਰ ਪੁਰਾਣਾ ਕੰਮ ਕਰ ਆ। ਬਾਕੀ ਉਹ ਉੱਪਰ ਵੀ ਜਾ ਸਕਦੇ ਹਾਂ ਇੱਕ ਹੋਰ,
ਇੱਧਰ ਵੀ ਹੈਗੀ ਇੱਕ ਪੌੜੀ, ਹਵਾ ਦਿੰਦੇ ਦੇਖੋ ਕਿੱਦਾਂ ਗੱਦੀਆਂ ਗੁੱਦੀਆਂ ਚੱਕ ਕੇ ਮਾਰੀਆਂ ਨੇ ਸਾਰੀਆਂ, ਘੱਟਾ ਕਿੱਦਾਂ ਲਿਆ ਕੇ ਸੁੱਟਿਆ ਇੱਥੇ ਇਹਨਾਂ, ਅਤੇ ਸਾਰੇ ਰੋਡ 'ਤੇ ਤਾਂ ਬਹੁਤ ਜ਼ਿਆਦਾ ਉੱਡ ਰਿਹਾ ਸੀਗਾ। ਇੱਥੇ ਹੁਣ ਇਹਨਾਂ ਨੇ ਸਿਆਲ ਆ ਰਹੇ ਆ ਹੀ ਗਏ, ਮਤਲਬ ਇੱਥੇ ਗੱਦੇ ਗੁੱਦੇ ਲਾ ਦੇਣੇ ਆ, ਲੋਕ ਇੱਥੇ ਬਹਿ ਕੇ ਚਿੱਲ ਕਰ ਸਕਦੇ ਆ ਪੂਰਾ। ਪਤਾ ਨੀ ਉਹ ਟੈਕਸੀ ਵਾਲੇ ਨੂੰ ਲੱਭਦਾ ਨੀ ਸੀਗਾ ਰਾਹ। ਹੋਟਲ ਕਾਫੀ ਨੇ, ਉਹਦੇ ਲੱਗਾ ਫਲੈਕਸ ਜਿਹਾ ਇੱਧਰ ਵੀ, ਆਹੋ ਲੱਕੜ ਵਾਲੇ ਪਿੱਲਰਾਂ ਦੇ ਉੱਤੇ ਛੱਤ ਇੱਦਾਂ ਖੜੀ ਹੁੰਦੀ ਸੀ, ਕਿਉਂਕਿ ਉੱਪਰ ਚਾਹਾ ਹੀ ਪਾਇਆ ਇਹਨਾਂ ਦਾ, ਜਿੱਦਾਂ ਬਾਲਿਆਂ ਦੇ ਉੱਤੇ ਆਪਣੇ ਚਾਹਾਂ ਨਹੀਂ ਪਾਉਂਦੇ ਹੁੰਦੇ, ਆਹ ਵੇਖ ਲਓ ਛੱਤਾਂ ਚਾਹੇ ਵਾਲੀਆਂ ਹੀ ਨੇ ਜਿਹੜੀਆਂ ਲੋਕਾਂ ਦੀਆਂ ਉਵੇਂ ਆ। ਇੱਧਰ ਨੂੰ ਵੀ ਵੇਖ ਲਈਏ, ਹਾਂ ਇਹ ਵੀ ਕੱਚੀਆਂ ਛੱਤਾਂ ਹੀ ਆ ਘਰਾਂ ਦੀਆਂ, ਚਾਹੇ ਪਾਏ ਪਏ ਆ, ਕਿਉਂਕਿ ਕੁਝ ਜਿਹੜੇ ਸ਼ਹਿਰ ਜਿਹੜੇ ਹੈਰੀਟੇਜ ਹੁੰਦੇ ਆ ਨਾ, ਉੱਥੇ ਫਿਰ ਤੁਸੀਂ ਉਹਨਾਂ ਨੂੰ ਡਿਵੈਲਪ ਵੀ ਨਹੀਂ ਕਰ ਸਕਦੇ ਮਕਾਨਾਂ ਨੂੰ, ਇਹ ਪਾਬੰਦੀਆਂ ਹੁੰਦੀਆਂ ਸਰਕਾਰ ਵੱਲੋਂ ਹੀ ਕਿ ਤੁਸੀਂ ਉਹਨਾਂ ਨੂੰ ਜੇ ਮਤਲਬ ਰੈਨੋਵੇਟ ਵੀ ਕਰਨਾ ਉਹ ਕੱਚੇ ਦੇ ਨਾਲ ਹੀ ਕਰੋਗੇ, ਮਤਲਬ ਲੇਪਾ ਫੇਰ ਕੇ ਬਸ ਉਹਨੂੰ ਸਾਂਭ ਸੰਭਾਲ ਕਰ ਸਕਦੇ ਹੋ, ਹੋਰ ਕੁਛ ਨਹੀਂ ਉਹਦੇ 'ਚ ਬਦਲਾਅ ਕਰ ਸਕਦੇ, ਕਿਉਂਕਿ ਉਹੀ ਹੈਰੀਟੇਜ ਹੁੰਦਾ ਇਹਨਾਂ ਦਾ। ਆਹ ਕਿੰਨਾ ਪੁਰਾਣਾ ਥੱਲੇ, ਹਾਂ ਉਹੀ ਇਹ ਚਾਹੇ ਵਾਲੇ ਜਿਹੜੇ ਆਪਣੇ ਬਾਰਡਰ ਏਰੀਏ ਦੇ ਘਰ ਹੁੰਦੇ ਨਾ ਥੋੜ੍ਹੇ ਜਿਹੇ ਕੱਚੇ, ਉਹ ਵਾਲੇ ਆ। ਆ ਜਾਓ ਫਿਰ ਚੱਲੀਏ ਖਾ ਪੀ ਕੇ, ਮੈਨੂੰ ਲੱਗਦਾ ਬਾਹਰ ਹੀ ਆਉਣਾ ਪੈਣਾ ਆਪਾਂ ਨੂੰ ਕੁਛ। ਹੋਟਲ ਗੋਲਡਨ ਮਨਾਰਤ ਤੋਂ ਬਾਹਰ ਆ ਗਿਆ ਸੀ, ਅਤੇ ਇਹ ਮੰਨ ਵੀ ਤੁਹਾਨੂੰ ਵੀ ਜੈਜ਼ ਦੇ ਸ਼ਹਿਰ ਦੀ ਯਾਦ ਦਿਵਾਉਂਦਾ ਕਿ ਨਹੀਂ, ਹੈ ਨਾ ਪੁਰਾਣਾ ਸ਼ਹਿਰ ਬਹੁਤ ਆ ਜੈਜ਼ ਤਾਂ, ਪਰ ਇਹ ਉਦੋਂ ਬਾਅਦ 'ਚ ਹੈ, ਪਰ ਫਿਰ ਵੀ ਥੋੜ੍ਹਾ ਥੋੜ੍ਹਾ ਲੱਗਦਾ ਉਦੋਂ ਦਾ। ਹੋਟਲ ਵੀ ਇਸੇ ਕਰਕੇ ਆਲੇ ਦੁਆਲੇ ਇਹਦੇ ਹੈਗੇ ਆ ਵੀ ਲੋਕ ਵਿਊ ਲੈਣ ਲਈ, ਸੋਹਣਾ ਅਤੇ ਇਹ ਜਿਹੜਾ ਹੋਟਲ ਆ ਆਪਾਂ ਨੂੰ ਮਿਲਿਆ ਬਈ 11.something dollars ਦਾ, 11.88 ਮਤਲਬ 1000 ਤੋਂ ਥੱਲੇ ਥੱਲੇ ਦਾ ਹੈ, ਵੇਖ ਲਓ ਕਿੰਨੀ ਸੋਹਣੀ ਕੁਆਲਿਟੀ ਹੈ, ਅਤੇ 1000 ਦੇ ਵਿੱਚ ਵਿੱਚ ਇਹ ਮਿਲ ਗਿਆ 800-900 ਤੱਕ ਦਾ, ਨੋਟ ਬੈਡ। ਮੈਨੂੰ ਲੱਗਦਾ ਅੱਜ ਕੱਲ੍ਹ ਟੂਰਿਸਟ ਸੀਜ਼ਨ ਵੀ ਘੱਟ ਆ, ਹੋ ਸਕਦਾ ਤਾਂ ਕਰਕੇ ਉਹ ਰੈਸਟੋਰੈਂਟ ਲਿਖਿਆ। ਪਹੁੰਚ ਹੀ ਗਏ ਅਸੀਂ ਇੱਕ ਜਗ੍ਹਾ 'ਤੇ, ਪਰ ਆਹ ਕੁਰਸੀਆਂ ਕੁਰਸੀਆਂ ਤਾਂ ਘੱਟੇ ਨਾਲ ਭਰੀਆਂ, ਖੁੱਲ੍ਹਾ ਵੀ ਹੈ, ਬੂਹਾ ਕਿੱਧਰ ਦੀ ਹੈ, ਇੱਧਰ ਦੀ ਭਰੀ ਦੀ ਤਾਂ ਬੂਹਾ ਨਹੀਂ ਦਿਖਿਆ ਇਹਦਾ, ਉਹ ਹੈਗਾ ਦਰਵਾਜ਼ਾ ਭਰਿਆ ਵੀ ਬੰਦ ਹੈ, ਇੱਥੇ ਘੱਟਾ ਮਿੱਟੀ ਬਹੁਤ ਆ, ਨਹੀਂ ਹੈਂਡਲ ਚੜਦਾ ਹੀ ਬੰਦ ਹੈ, ਪਰਦਾ ਪਰ ਪਰੇ ਦੀ ਹੈ। ਬੰਦ ਆ ਵੀ ਭਾਈ ਇਕੱਲਾ ਹੀ ਸੀ ਮੈਂ, ਇਹ ਪਤਾ ਨਹੀਂ ਕਾਊਂਟਰ 'ਤੇ ਕੀ ਕਰਦਾ ਜੇ ਬੰਦ ਪਿਆ ਤੇ,
ਇੱਧਰ ਲੱਭਦੇ ਹਾਂ ਕੁਛ। ਸਵੇਰੇ ਬਸ ਬ੍ਰੈਡ 'ਚ ਖਾ ਕੇ ਤੁਰ ਪਏ ਕਿ ਵੇਲੇ ਨਾਲ ਪਹੁੰਚ ਜਾਣਾ ਅਤੇ ਲੱਭ ਜੂ ਕੁਛ। ਪੀਜ਼ਾ ਪੂਜ਼ਾ ਤਾਂ ਲਿਖੀ ਫਿਰਦਾ ਪਰ ਲੱਭਾ ਨਹੀਂ। ਖਾਣ ਨੂੰ ਤਾਂ ਅਸੀਂ ਲੱਭੀ ਜਾ ਰਹੇ ਕੁਛ, ਪਰ ਉਹ ਤਾਂ ਨਹੀਂ ਲੱਭ ਰਿਹਾ, ਪਰ ਸਾਨੂੰ ਜ਼ਬਰਦਸਤ ਜਿਹੀਆਂ ਗੱਡੀਆਂ ਜ਼ਰੂਰ ਲੱਭੀ ਜਾ ਰਹੀਆਂ। ਇਹਨਾਂ ਨਾਲ ਫੋਟੋਆਂ ਫੜਵਾਂ ਖਿੱਚੀ ਜਾ ਰਹੇ ਹਾਂ। ਅਤੇ ਆਹ ਵਾਲਾ ਇੱਕ ਰੈਸਟੋਰੈਂਟ ਜਿਹਾ ਸੀਗਾ, ਇਹ ਵੀ ਆ ਫਰਿੱਜਾਂ ਨੂੰ ਬਾਹਰ ਰੱਖ ਕੇ ਜਿੰਦੇ ਲਾਏ ਇਹਨਾਂ ਨੇ, ਪਤਾ ਨਹੀਂ ਕੀ ਹੋ ਗਿਆ, ਸਾਰਾ ਬੁਖਾਰਾ ਹੀ ਅੱਜ ਬੰਦ ਲੱਗਦਾ। ਅੰਦਰ ਦੂਸਰਾ ਸਮਾਨ ਹੈ ਆਪਣਾ ਹੱਟੀ ਵਾਲਾ, ਕਰਿਆਨੇ ਦੀ ਦੁਕਾਨ ਆ ਇਹ। ਔਰ ਰੈਸਟੋਰੈਂਟ ਸੀਗਾ ਉਹ ਵੀ ਬੰਦ ਆ, ਇੱਕ ਪਿੱਛੇ ਵੇਖ ਕੇ ਆਏ ਜਿਹੜਾ ਪਹਿਲਾਂ ਉਹ ਵੀ ਬੰਦ ਸੀ। ਆ ਜਾਓ ਇੱਥੇ ਲਾਗੇ ਛਾਗੇ ਹੋਰ ਕੁਛ ਹੋਣਾ ਦੇਖਦੇ ਹਾਂ। ਟੂਰਿਸਟ ਪੁਲਿਸ ਦਾ ਇੱਥੇ ਕਾਊਂਟਰ ਆ, ਅਤੇ ਅਸੀਂ ਇਹ ਵੀਰ ਨੂੰ ਪੁੱਛਿਆ ਵੀ ਕਿੱਧਰ ਲੱਭੂਗਾ, ਕਹਿੰਦਾ ਇੱਧਰਲੇ ਪਾਸੇ ਚੱਲ ਜਾਓ, ਇੱਧਰ ਖੁੱਲ੍ਹੇ ਹੋਣਗੇ। ਵੇਖਦੇ ਹਾਂ ਵੀ ਇੱਧਰ ਖੁੱਲ੍ਹੇ ਮਿਲਦੇ ਕਿ ਨਹੀਂ। ਇੱਥੇ ਉਜ਼ਬੇਕਿਸਤਾਨ 'ਚ ਨਾ ਸਮਰਕੰਦ 'ਚ ਵੀ ਬਹੁਤ ਸਾਰੇ ਇੱਦਾਂ ਦੇ ਟੂਰਿਸਟ ਪੁਲਿਸ ਕਾਊਂਟਰ ਸੀਗੇ, ਇੱਥੇ ਵੀ ਹੈਗੇ ਆ। ਆਪਣੇ ਵਾਲੇ ਹੁੰਦੇ ਆ ਬੰਨੇ ਟੂਰਿਸਟ ਹੈਲਪ ਕਾਊਂਟਰ, ਪਰ ਇੱਥੇ ਹੈਗੇ ਆ ਟੂਰਿਸਟ ਪੁਲਿਸ ਕਾਊਂਟਰ। ਚਲ ਮਦਦ ਹੀ ਚਾਹੀਦੀ ਹੈ, ਪੁਲਿਸ ਕਰ ਦੇਵੇ ਜਾਂ ਉੱਦਾਂ ਦੂਸਰੇ ਬੰਦੇ ਮਦਦ ਕਰ ਦੇਣ। ਇੱਕ ਤਾਂ ਘੱਟੇ ਦੇ ਮੱਤ ਮਾਰੀ ਪਈ ਹੈ, ਅੱਖਾਂ 'ਚ ਪਈ ਜਾਂਦਾ। ਕੱਚਾ ਸ਼ਹਿਰ ਹੈ, ਮਿੱਟੀ ਵਾਲੇ ਘਰ ਆ, ਤਾਂ ਕਰਕੇ ਘੱਟਾ ਉੱਡਦਾ ਬਹੁਤ ਜ਼ਿਆਦਾ। ਬੁਖਾਰਾ ਬੁਖਾਰਾ ਉਹ ਵੀ ਹੋਟਲ ਆ, ਹੋਟਲ ਏਸ਼ੀਆ ਬੁਖਾਰਾ। ਕਿਹੜੇ ਤੁਹਾਡੇ ਹੱਥ? ਖੱਬੇ ਹੱਥ ਏਸ਼ੀਆ। ਏਸ਼ੀਆ ਤਮੀਰ ਕਰੋ ਇਹਨਾਂ ਦਾ ਚੈੱਕ ਮੈਨੂੰ, ਜੇ ਕੋਈ ਮਿਲਦਾ ਇੱਧਰ ਹੀ ਆ ਜਾਓ, ਇੱਥੇ ਮੈਨੂੰ ਮਿਲ ਜਾਊਗਾ। ਵੈਜ ਫੂਡ, ਵੈਜ ਯੈਸ ਹੈਗਾ ਹੈਗਾ ਮੈਨੂੰ। ਆ ਗਿਆ ਵੀ ਸਮਾਨ, ਇੰਨਾ ਇੰਨਾ ਕੀ ਦੇਖ ਗਏ। ਇਹ ਚੌਲ ਸੀਗੇ ਵੈਜ ਰਾਈਸ, ਵੈਜ ਰਾਈਸ, ਤੇ ਆ ਹੈਗਾ ਵੀ ਪਾਸਤਾ, ਵੈਜੀਟੇਬਲ ਪਾਸਤਾ ਸੀਗਾ। ਲਓ ਪਾਸਤਾ ਤਾਂ ਲੱਭਣ ਹੀ ਰਿਹਾ, ਆ ਦੇਖ ਲਓ ਐਵੇਂ ਦਾ ਪਾਸਤਾ ਤੇ ਨਿਊਡਲਾਂ ਨੇ। ਮੈਂ ਕਿਹਾ ਸੀ ਫਰਾਈਜ਼ ਕਰਾ ਲਓ, ਪਰ ਮੈਨੂੰ ਜੀ ਫਰਾਈਜ਼ ਨਾਲੋਂ ਨਾ ਆ ਪਾਸਤਾ ਪੂਸਤਾ ਵਧੀਆ, ਨਾਲੇ ਵੈਜੀਟੇਬਲਸ ਹੁੰਦੀਆਂ ਇਹਦੇ 'ਚ। ਉਹ ਜਿੱਦਾਂ ਦਾ ਆਪਾਂ ਨੂੰ ਉੱਥੇ ਮਿਲਦਾ ਨਾ, ਹੁਣ ਰੋਟੀ ਤਾਂ ਲੱਭਣੀ ਨਹੀਂ, ਆਹ ਚੀਜ਼ਾਂ ਹੀ ਲੱਭਣੀਆਂ ਇਹਦੇ 'ਚ। ਆਹ ਇੰਨਾ ਹੈਗਾ ਵੀ ਚੌਲਾਂ ਦੇ ਵਿੱਚ ਵਾਹਵਾ ਕੁਛ ਹੈਗਾ, ਸੋ ਵੰਡ ਕੇ ਆਪਾਂ ਖਾ ਲੈਣੀਆਂ ਦੋਨੋਂ ਚੀਜ਼ਾਂ। ਇੱਧਰ ਆ ਗਿਆ ਜੀ ਉਜ਼ਬੇਕਿਸਤਾਨ ਦਾ ਸਮੋਸਾ, ਇਹ ਵੀ ਸਬਜ਼ੀਆਂ ਵਾਲਾ ਸਮੋਸਾ ਆ। ਅਤੇ ਇਹ ਨਾ ਫਰਾਈਡ ਸਮੋਸੇ ਨਹੀਂ ਹੈਗੇ ਇੱਥੇ, ਕਿਉਂਕਿ ਉਜ਼ਬੇਕਿਸਤਾਨ 'ਚ ਸਾਰਾ ਕੁਝ ਬੇਕ ਕੀਤਾ ਜਾਂਦਾ, ਬੇਕਰੀ ਪ੍ਰੋਡਕਟ ਬਹੁਤ ਆ ਇੱਥੇ, ਅਤੇ ਇਹ ਸਮੋਸਾ ਵੀ ਬੇਕ ਹੋਇਆ, ਫਰਾਈ ਨਹੀਂ ਹੋਇਆ ਹੈ, ਤੰਦੂਰ ਦੇ ਵਿੱਚ ਇਹਨੂੰ। ਇਹਦੇ 'ਚ ਪਾਈਆਂ ਗਾਜਰਾਂ। ਅੱਛਾ ਹੋ ਗਿਆ ਵੀ ਖਾਣ ਪਾਣ, ਪਾਸਤੇ ਵੀ ਖਾ ਲਏ ਅਤੇ ਸਮੋਸਾ ਵੀ ਖਾ ਲਿਆ। ਸਮੋਸਾ ਮੈਨੂੰ ਜ਼ਿਆਦਾ ਸ਼ਾਨਦਾਰ ਲੱਗਿਆ, ਕਿਉਂਕਿ ਨਾ ਬੇਕ ਸਮੋਸਾ ਵਧੀਆ ਲੱਗਦਾ, ਤੇਲ ਤੋਲ ਨਹੀਂ ਹੁੰਦਾ। ਜਵਾਕ ਬੜੇ ਆ ਰਹੇ ਯਾਰ, ਛੁੱਟੀ ਹੋਈ ਹੈ, ਟਾਈਮ ਹੋਇਆ ਵਾ 3 ਵੱਜਣ ਵਾਲੇ ਆ, ਅਤੇ ਇਹਨਾਂ ਦਾ ਮੈਨੂੰ ਲੱਗਦਾ 2 ਵਜੇ ਛੁੱਟੀ ਹੋਈ ਹੋਣੀ ਇਹਨਾਂ ਨੂੰ, ਜਾਂ 2:30 ਵਜੇ ਹੋਈ ਹੋਊਗੀ, ਕੀ ਪਤਾ ਚੱਲੇ ਹੀ ਹੁਣ। ਹਾਂ 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 ਇਹ ਵੀ ਹੋ ਸਕਦਾ, ਵੈਸੇ ਸਵੇਰ ਦਾ ਹੁੰਦਾ ਜਿਹੜਾ 7 to 12 ਵਜੇ ਤੱਕ ਦਾ, ਫਿਰ ਹੋ ਸਕਦਾ 3 ਵਜੇ ਵਾਲਾ 3 ਤੋਂ ਲੈ ਕੇ 7-8 ਵਜੇ ਤੱਕ ਹੋਵੇ ਫਿਰ ਸ਼ਾਮ ਨੂੰ। ਇਹ ਆਈ ਲਵ ਬੁਖਾਰਾ, ਆਈ ਲਵ ਬੁਖਾਰਾ। ਆਹ ਵੇਖੋ ਵੀ ਤੂਤ,
ਤੂਤ ਦਰਖਤ 1477 ਦਾ ਲਾਇਆ ਹੈ। ਹੁਣ ਤਾਂ ਇਕੱਲਾ ਤਣਾ ਹੈ ਵੈਸੇ ਇੱਦਾਂ ਦਾ, ਅਤੇ ਫੁੱਟ ਦਾ ਵੀ ਆ ਵੈਸੇ, ਆ ਇੰਨਾ ਕੁ ਬਚਿਆ, ਬਾਕੀ ਤਾਂ ਸਾਰਾ ਸੁੱਕ ਗਿਆ ਲੱਗਦਾ ਹੈ। 1477 'ਚ ਲਾਇਆ ਸੀ ਨਾ, ਇਹ ਵੀ ਮੋਢੀ ਹੈ, ਇਹ ਕੁਛ ਹੋਰ ਹੈ, ਤੂਤ ਇੱਧਰਲਾ ਹੀ ਲੱਗ ਰਿਹਾ ਮੈਨੂੰ। 500 ਸਾਲ ਤੋਂ ਪੁਰਾਣਾ ਦਰਖਤ ਆ ਬਈ, ਤੂਤ ਹੀ ਲੱਗ ਰਿਹਾ ਵੀ। ਹਾਂ ਇਹ ਵੀ ਤੂਤ ਹੀ ਲੱਗ ਰਿਹਾ। ਹਾਂਜੀ ਪੱਤਿਆਂ ਤੋਂ ਤੂਤ ਹੀ ਆ। ਰਾਤ ਦਾ ਪ੍ਰਬੰਧ ਵੀ ਕਰਿਆ ਜੀ। ਆਹੋ ਇੱਧਰਲੇ ਹੋਟਲ ਤੋਂ ਪੁੱਛ ਕੇ ਜਾਣਾ ਵੀ ਜੇ ਕੁਛ ਹੋਰ ਵੱਖਰਾ ਮਿਲਦਾ ਰਾਤ ਨੂੰ ਫਿਰ ਇੱਥੇ ਖਾਣ ਆਵਾਂਗੇ। ਆਹ ਵਾਲੇ 'ਚ ਆਪਾਂ ਰਾਤ ਨੂੰ ਆਉਣਾ ਵੀ ਡਿਨਰ ਵਾਸਤੇ, ਮੈਨੂ ਵਗੈਰਾ ਵੇਖ ਲੈਂਦਾ ਅਤੇ ਹੈਗਾ ਇਹਨਾਂ ਕੋਲ ਕਾਫੀ ਸਮਾਨ। ਅਤੇ ਠੀਕ ਆ ਜੀ, ਫਿਰ ਇਹ ਵੀਡੀਓ ਨੂੰ ਆਪਾਂ ਇੱਥੇ ਹੀ ਖਤਮ ਕਰਦੇ ਹਾਂ ਅਤੇ ਬੁਖਾਰਾ ਸ਼ਹਿਰ ਫਿਰ ਅਗਲੀ ਵੀਡੀਓ 'ਚ ਘੁੰਮਾਂਗੇ ਕੱਲ੍ਹ ਨੂੰ। ਅਤੇ ਬਾਏ ਬਾਏ, ਕੀਪ ਵਾਚਿੰਗ ਵਾਕ ਵਿਦ ਟੁਰਨਾ।